ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਦੇਖੋ ਅਮਰਾਵ ਹਵੇਲੀ ਦੀ ਆਰਟ ਗੈਲਰੀ ਦਾ ਭਾਗ ਦੂਜਾ ਜਿਵੇਂ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀ ਪ੍ਰੋਫੈਸਰ ਸਾਹਿਬ ਨੇ ਬਹੁਤ ਹੀ ਪੁਰਾਣੀਆਂ ਵਿਰਾਸਤੀ ਚੀਜ਼ਾਂ ਸਾਮ ਰੱਖੀਆਂ ਦੇਖੋ ਇਹ ਕੈਮਰਾ ਹੈ ਪੁਰਾਣਾ ਬਲੈਕ ਐਂਡ ਵਾਈਟ ਤੇ ਇਨ ਲਾਰਜ ਕਹਿੰਦੇ ਆ ਇਹਨੂੰ ਇਹਦੇ ਨਾਲ ਫੋਟੋ ਵੱਡੀ ਹੁੰਦੀ ਸੀ ਛੋਟੀ ਫੋਟੋ ਤੋਂ ਵੱਡੀ ਫੋਟੋ ਕਰਦੇ ਹੁੰਦੇ ਸੀ ਇਹਹ ਜੀਆਂ ਬਹੁਤ ਵਸਤਾਂ ਇੱਥੇ ਪਈਆਂ ਨੇ ਦੇਖੋ ਤੁਸੀਂ ਆਹ ਪੁਰਾਣਾ ਵੱਡਾ ਕੈਮਰਾ ਹੈ ਜੀ ਇਹਦੇ ਨਾਲ ਫੋਟੋ ਖਿੱਚਦੇ ਹੁੰਦੇ ਸੀ ਇਹਨਾਂ ਕੈਮਰੇ ਨਾਲ ਪਹਿਲਾਂ ਦੇਖੋ ਕਿੱਡਾ ਕੈਮਰਾ ਹੈ ਇਹ ਵੀ ਕੈਮਰੇ ਨੇ ਆਹ ਥੋੜਾ ਆ ਗਿਆ ਉਹ ਭੌਤਿਕ ਤੁਲਾ ਕਹਿੰਦੇ ਨੇ ਉਹਨੂੰ ਪਿੱਤਲ ਦੇ ਭਾਂਡੇ ਜੀ ਹਾਂ ਜੀ ਪੁਰਾਣੇ ਇਥੇ ਕੋਹੂ ਵੀ ਪਏ ਨੇ ਪਿੱਤਲ ਦੇ ਬਾਕਸ ਜਿਹਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਕਾਗਜ਼ ਪੱਤਰ ਜਾਂ ਪੈਸੇ ਪੂਸੇ ਸਾਮਕੇ ਰੱਖਦੇ ਹੁੰਦੇ ਹੁਣੇ ਆਪੀਆਂ ਬਜ਼ੁਰਗ ਮਤਾਂ ਆ ਤਾਂ ਅੱਜਕੱਲ੍ਹ ਵੈਸੇ ਵੀ ਕੋ ਫੈਸ਼ਨ ਦੇ ਚੱਲੇ ਹੋਏ ਆ ਵੀ ਆਉਂਦੇ ਨੇ ਅੱਜਕੱਲ੍ਹ ਡ੍ਰੈਗ ਰੂਮ ਦੇ ਵਿੱਚ ਲੋਕ ਲਾ ਦਿੰਦੇ ਨੇ ਹਾਂ ਬਹੁਤ ਵਾਤਾ ਸਾਹਮਣੇ ਆ ਪੁਰਾਣੇ ਚਿੱਕੇ ਵਗੈਰਾ ਆ ਨਗੇ ਹੋ ਜਿਹੜੇ ਹੈਗੇ ਨੇ ਵਿਰਤਲ ਦੇ ਬਾਕਸ ਜਿਹੇ ਨੇ ਪੁਰਾਣੇ ਜਿਨ੍ਹਾਂ ਦੇ ਵਿੱਚ ਕਹਿੰਦੇ ਕਿ ਕਾਗਜ਼ ਪੱਤਰ ਸਾਹਮ ਕੇ ਰੱਖਦੇ ਸੀ ਜਾਂ ਕੋਈ ਪੈਸਾ ਟਕਾ ਤੇ ਹੋਰ ਸਾਰਿਆ ਵਰਤਨ ਵਗੈਰਾ ਨੇ ਵਿੱਚੇ ਇੱਕ ਇਥੇ ਇੱਕ ਹੋਰ ਨਵੀਂ ਚੀਜ਼ ਹੈਗੀ ਆ ਬਹੁਤ ਹੀ ਪੁਰਾਣੀ ਤਾੜਾ ਕਹਿੰਦੇ ਇਹਨੂੰ ਜਿਹਦੇ ਨਾਲ ਪਹਿਲਾਂ ਰੂਪ ਪੀਂਦੇ ਹੁੰਦੇ ਸੀ ਤੇ ਰਜਾਈਆਂ ਤੇ ਗਦੈਲੇ ਬਜ਼ੁਰਗ ਮਾਤਾ ਪਹਿਲਾਂ ਆਪਣੀਆਂ ਭਰਾਉਣੀਆਂ ਨੇ ਇਹਦੇ ਨਾਲ ਤਾੜਾ ਇਹ ਤਾੜਾ ਹੈ ਜੀ ਪਿਆ ਨਿਪਰੇ ਕੱਪੜੇ ਪ੍ਰੈਸ ਕਰਨ ਵਾਲੀਆਂ ਵਿੱਚ ਆਹ ਸਿੱਕੇ ਬਹੁਤ ਲਾਏ ਹੋਏ ਨੇ ਇਹਨਾਂ ਦੇ ਸਿੱਕੇ ਬਹੁਤ ਹੀ ਜ਼ਿਆਦਾ ਨੇ ਇਹਨਾਂ ਕੋਲੇ ਤੇ ਆਹ ਪ੍ਰੈਸ ਨੇ ਜੀ ਜਿਹੜੀਆਂ ਕੋਲੇ ਵਾਲੀਆਂ ਪ੍ਰੈਸ ਬੱਤਲ ਤੇ ਤਾਂ ਆਂਵਾਤਾ ਬਹੁਤ ਪਿਆਰ ਨਾਲ ਕੋਲੇ ਕਾਛੀ ਡਿਆ ਬਰਤਨ ਪਏ ਨੇ ਹਾਂ ਜੀ ਚੰਨੇ ਬੇਲ ਨੇ ਕੋਲ ਵਗੈਰਾ ਵੀਰਵਾਨ ਕਿਨਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਲ ਮੇਰੇ ਤੋਂ ਇੱਕ ਥੋੜੀ ਜਿਹੀ ਗਲਤੀ ਹੋ ਗਈ ਮੈਂ ਬੋਲਣ ਲੱਗਿਆ ਬੋਲਤਾ ਵੀ ਰਿਟਾਇਰ ਨੇ ਪ੍ਰੋਫੈਸਰ ਸਾਹਿਬ ਇਹ ਨੇ ਜੀ ਪੁਰਾਣੇ ਗੈਸਟ੍ਰੋ ਮੈਥੋ ਬੋਲਣ ਕਿ ਕੱਲ ਥੋੜੀ ਜਿਹੀ ਗਲਤੀ ਹੋ ਗਈ ਪ੍ਰੋਫੈਸਰ ਸਾਹਿਬ ਰਿਟਾਇਰ ਨੇ ਰਿਟਾਇਰ ਨੇ ਨਹੀਂ ਰਿਟਾਇਰ ਨਹੀਂ ਜੀ ਪ੍ਰੋਫੈਸਰ ਸਾਹਿਬ ਅਜੇ ਵੀ ਮਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਆਗਿਆ ਸਲਾਮਾਂ ਦੇ ਰਹੇ ਨੇ ਰਦਰਸ਼ਨ ਸਿੰਘ ਜੀ ਤੇ ਪ੍ਰੋਫੈਸਰ ਖੁਸ਼ਪਿੰਦਰ ਸਿੰਘ ਦੀ ਸੈਂਟਰਲ ਯੂਨੀਵਰਸਿਟੀ ਕੋ ਦਾ ਵਿਖੇ ਆਪਣੀਆਂ ਸਲਾਹਾਂ ਦੇ ਰਹੇ ਨੇ। ਸੈਤ ਨਾਲ ਬਹੁਤ ਪਿਆਰ ਰੱਖਦੇ ਨੇ। ਮੈਂ ਗਿਆ ਸੀ ਪਰ ਮੈਨੂੰ ਮਿਲੇ ਨਹੀਂ। ਦੇਖੋ ਪੁਰਾਣੇ ਤਾਲੇ ਵਗੈਰਾ ਲੱਖਾਂ ਚੋਂ ਹਜ਼ਾਰਾਂ ਚੋਂ ਇੱਕਰ ਦਾ ਬੰਦਾ ਹੀ ਹੁੰਦਾ ਜਿਹੜਾ ਸਹਿਤ ਕਲਾ ਨਾਲ ਇੰਨਾ ਪਿਆਰ ਰੱਖਦਾ ਹੋਵੇ ਤੇ ਐਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਨੂੰ ਐਂ ਸਾਂਭ ਕੇ ਰੱਖਦਾ ਹੋਵੇ ਆਪਾਂ ਦਾ ਮੜੀ ਪੁਰਾਣੀ ਚੀਜ਼ ਹੋਰੀ ਆਪਾਂ ਸਿੱਟ ਦਿੰਨੇ ਆ ਦੇਖੋ ਤੁਸੀਂ ਪੱਥਰ ਲੱਕੜ ਤੇ ਧਾਂ ਦੇ ਤੇ ਚਮੜੇ ਦੇ ਆ ਬਣੇ ਹੋਏ ਨੇਗੇ ਪੁਰਾਣੇ ਕਲੌਕ ਵਗੈਰਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਜੀ ਆ ਪਿਆਨੋਆਂ ਦੀ ਬੜਾ ਵੱਡਾ ਪਿਆਨੋ ਫਿਲਮਾਂ 'ਚ ਤੁਸੀਂ ਦੇਖਦੇ ਹੋਵੋਗੇ ਅੱਜ ਕੱਲੇ ਫਿਲਮਾਂ 'ਚ ਆਉਂਦੇ ਨੇ ਉਹ ਵੱਡੇ ਬੰਗਲਿਆਂ 'ਚ ਧਰੇ ਪਏ ਹੁੰਦੇ ਨੇ ਤੇ ਇਹ ਆ ਜੀ ਪੁਰਾਣਾ ਪਿਆਨੋ ਹਾਂ ਜੀ ਮਿਊਜ਼ਿਕ ਦਾ ਪੁਰਾਣਾ ਸਾਜ਼ ਅੱਜ ਕੱਲ ਤਾਂ ਇਲੈਕਟ੍ਰੀਕਲ ਆ ਕੇ ਮਿਊਜ਼ਿਕ ਦੇ ਸਾਜ਼ ਵੀ ਸਾਰੇ ਇਹ ਮੈਟਰ ਦੇ ਨੇ ਮੇਰੇ ਖਿਆਲ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਕੱਲ ਨੂੰ ਵੀ ਇੱਕ ਵੀਡੀਓ ਹੋਰ ਪਾਵਾਂਗੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਪ੍ਰਾਣੇ ਬਰਤਨ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਜੰਗਾਂ ਜੁੱਦਾਂ ਦੇ ਵਿੱਚ ਜਿਹੜੇ ਕੁੱਚ ਪਹਿਨ ਕੇ ਆਪਣੇ ਆ ਲੜਦੇ ਹੁੰਦੇ ਸੀ ਨਾ ਉਹ ਵੀ ਇਹਨਾਂ ਕੋਲੇ ਪਏ ਨੇ ਉਹ ਦਿਖਾਵੇਂ ਕੱਲ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਿਓ ਜੀ ਸ਼ੇਰ ਦੱਬ ਕੇ